ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦੇ ਦੌਰਾਨ ਵਿੱਚ ਸੰਤ ਬਾਬਾ ਰਾਮ ਸਿੰਘ ਜੀ ਵੱਲੋਂ ਆਤਮ ਹੱਤਿਆ ਕਰਨ ਦੇ ਮਾਮਲੇ ਵਿੱਚ ਉਹਨਾਂ ਦੇ ਸੁਸਾਈਡ ਨੋਟ ਦੇ ਆਧਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਹਰਿਆਣਾ ਦੇ ਮੁੱਖ ਮੰਤਰੀ MLA ਖੱਟੜ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਵਕੀਲਾਂ ਨੇ ਇੱਕ ਸ਼ਿਸ਼ਟ ਮੰਡਲ DGP ਹਰਿਆਣਾ ਨੂੰ ਸ਼ਿਕਾਇਤ ਸੌਂਪੀ ਹੈ। ਐਡਵੋਕੇਟ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਮਰਥਨ ਵੀ ਸੰਤ ਬਾਬਾ ਰਾਮ ਸਿੰਘ ਜੀ ਵੱਲੋਂ ਕੀਤੀ ਗਈ ਆਤਮ ਹੱਤਿਆ ਦੇ ਮਾਮਲੇ ਦੇ ਵਿੱਚ ਸੁਸਾਈਡ ਨੋਟ ਦੇ ਆਧਾਰ ਤੇ ਸ਼ਿਕਾਇਤ ਸੌਂਪੀ ਗਈ ਹੈ। ਜੀ ਅਸੀਂ ਇੱਕ ਮੇਰਾ ਨਾਮ ਐਡਵੋਕੇਟ ਗਗਨਪ੍ਰੀਤ ਸਿੰਘ ਹੈ ਜੀ, ਲੁਧਿਆਣੇ ਡਿਸਟ੍ਰਿਕਟ ਕੋਰਟ 'ਚ ਪ੍ਰੈਕਟਿਸ ਕਰਦਾ। ਅੱਜ ਅਸੀਂ ਇੱਕ ਕੰਪਲੇਂਟ ਸੰਤ ਰਾਮ ਸਿੰਘ ਜੀ ਨੇ ਜਿਹੜੇ ਸੁਸਾਈਡ ਕਮਿਟ ਕੀਤੀ ਸੀ ਸੰਘੇੜਾ ਵਾਲਿਆਂ ਨੇ, ਕੁੰਡਲੀ ਬਾਰਡਰ 'ਤੇ ਉਹਨਾਂ ਨੇ ਸੁਸਾਈਡ ਕੀਤੀ ਸੀ 16 ਦਸੰਬਰ ਨੂੰ, ਔਰ ਸੁਸਾਈਡ ਨੋਟ ਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਦੋਸ਼ੀ ਠਹਿਰਾਇਆ ਸੀ। ਉਹ ਸਰਕਾਰ ਦੇ ਵਿੱਚ ਅਸੀਂ ਸਾਡੇ ਮਾਣਯੋਗ ਪ੍ਰਧਾਨ ਮੰਤਰੀ, ਮਾਣਯੋਗ ਮੈਂ ਕਹਿ ਨਹੀਂ ਸਕਦਾ, ਕਹਿਣ ਨੂੰ ਜੀ ਨਹੀਂ ਕਰਦਾ ਹੁਣ, ਸਾਡਾ ਨਰਿੰਦਰ ਮੋਦੀ, ਅਮਿਤ ਸ਼ਾਹ ਜੀ, ਮੋਹਨ ਲਾਲ ਖੱਟੜ, ਮਨੋਹਰ ਲਾਲ ਖੱਟੜ ਅਤੇ ਐਗਰੀਕਲਚਰ ਮਿਨਿਸਟਰ ਨਰਿੰਦਰ ਸਿੰਘ ਤੋਮਰ, ਚਾਰਾਂ ਦੇ ਖਿਲਾਫ FIR ਦਰਜ ਕਰਾਉਣ ਲਈ ਅਸੀਂ DGP ਸਾਹਿਬ ਨੂੰ ਮਿਲੇ ਸੀ। DGP ਸਾਹਿਬ ਨੇ ਹਰਿਆਣਾ ਦੇ ਨੇ ਸਾਡੀ ਜਿਹੜੀ ਸਾਡਾ ਮੰਗ ਪੱਤਰ ਸੀ ਸਾਡੇ ਤੋਂ ਲੈ ਲਿਆ, ਔਰ ਜਿਹੜੀ ਸਾਡੀ ਕੰਪਲੇਂਟ ਹੈ ਉਹਦਾ ਨੰਬਰ ਲਗਾ ਦਿੱਤਾ, ਔਰ ਉਹ ਕਹਿੰਦੇ ਮੈਂ ਬਣਦੀ ਕਾਰਵਾਈ ਜਿਹੜਾ ਵੀ ਦੋਸ਼ੀ ਹੋਇਆ ਉਹ 'ਤੇ ਜ਼ਰੂਰ ਕਰੂੰਗਾ, ਕਿਉਂਕਿ ਜਿਹੜਾ ਕਾਨੂੰਨ ਹੈ ਉਹ ਸਾਰਿਆਂ ਲਈ ਸੇਮ ਹੈ। ਇਹ ਨਹੀਂ ਕਿ ਕੋਈ ਪ੍ਰਧਾਨ ਮੰਤਰੀ ਹੈ ਕਿ ਉਹਨੂੰ ਕੋਈ ਸਪੈਸ਼ਲ ਪ੍ਰਿਵਿਲੇਜ ਮਿਲ ਜਾਏਗੀ। ਜੇ ਬਣਦੀ FIR ਬਣਦੀ ਹੈ ਤਾਂ ਉਹ 'ਤੇ ਵੀ ਦਰਜ ਹੋਏਗੀ। ਇਹ ਕਿਸੇ ਨੂੰ ਕੋਈ ਸਪੈਸ਼ਲ ਪ੍ਰੋਵੀਜ਼ਨ ਨਹੀਂ ਹੈਗੀ ਐਜ਼ ਪਰ ਲਾਅ, ਔਰ ਜਿੰਨੇ ਕੰਟੈਂਟ ਨੇ ਜਿਹੜੀ ਉਹਨਾਂ ਦੀ ਆਪਣੇ ਸੁਸਾਈਡ ਨੋਟ ਹੈ ਉਸ ਹਿਸਾਬ ਨਾਲ ਇਹ FIR ਬਣਦੀ। ਦੇਖੋ, ਇਸ ਤੋਂ ਇਲਾਵਾ ਅਸੀਂ ਜਿਹੜੀ ਕੰਪਲੇਂਟ ਹੈ ਉਹ ਹਿਊਮਨ ਰਾਈਟਸ, ਜਿਹੜੀ ਯੂਨਾਈਟਿਡ ਨੇਸ਼ਨਸ ਕੌਂਸਲ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ, ਉਸ ਤੋਂ ਇਲਾਵਾ ਹੋਰ ਜਿਹੜੀਆਂ ਬਾਹਰਲੇ ਅਦਾਰੇ ਨੇ ਜਿਹੜੇ ਕਿ ਇੰਡੀਆ ਤੋਂ ਬਾਹਰ ਨੇ, ਉਹਨਾਂ ਨੂੰ ਕਹਿ ਕੇ ਜੇ FIR ਨਹੀਂ ਦਰਜ ਹੁੰਦੀ ਤਾਂ ਤੁਸੀਂ ਇੰਟਰਵੀਨ ਕਰਕੇ ਕਾਨੂੰਨ ਦੇ ਹਿਸਾਬ ਨਾਲ FIR ਇਹਨਾਂ 'ਤੇ ਦਰਜ ਕਰਾਓ, ਇਹਨਾਂ ਨੂੰ ਅਰੈਸਟ ਕਰੋ, ਇਹਨਾਂ ਨੂੰ ਅੰਦਰ ਕਰੋ, ਔਰ ਜਿਹੜਾ ਬਣਦਾ ਇਨਸਾਫ ਹੈ ਜੋ ਕਿ ਫਾਰਮਰਸ ਨੂੰ ਵੀ ਮਿਲੇ ਔਰ ਜਿਨ੍ਹਾਂ ਨੇ ਸੁਸਾਈਡ ਕਮਿਟ ਕੀਤੀ ਹੈ ਇਹਨਾਂ ਦੇ ਕਰਕੇ ਸਾਡੇ ਸੰਤਾਂ ਨੇ, ਉਹਨਾਂ ਨੂੰ ਵੀ ਮਿਲੇ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।